ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਸਾਰੇ ਦੋਸਤਾਂ ਦੇ। ਕਈ ਵਾਰੀ ਨਾ ਪ੍ਰੈਸ਼ਰ ਜ਼ਿਆਦਾ ਘੱਟ ਜਾਂਦਾ, ਠੀਕ ਹੈ ਜੀ, ਆਪਾਂ ਇਹਨੂੰ ਖੋਲ੍ਹ ਕੇ ਵੀ ਕਲੀਨ ਕਰ ਸਕਦੇ, ਠੀਕ ਹੈ ਜੀ, ਘਰ ਦੇ ਵਿੱਚ। ਆਹ ਦੇਖੋ ਜੀ ਇਹਦੇ ਵਿੱਚ ਕਿੰਨੀ ਦਸਤ ਆ ਗਈ, ਆਹ ਕਚਰਾ ਵਗੈਰਾ ਉੱਪਰੋਂ ਆ ਜਾਂਦਾ ਆਪਣੀ ਟੈਂਕੀ ਦੇ ਵਿੱਚੋਂ, ਠੀਕ ਹੈ ਜੀ, ਅਤੇ ਆਪਾਂ ਇਹਨੂੰ ਖੋਲ੍ਹ ਕੇ ਕਲੀਨ ਵੀ ਕਰ ਸਕਦੇ ਹਾਂ ਘਰ ਵਿੱਚ, ਠੀਕ ਹੈ ਜੀ। ਇਹ ਗੱਲਾਂ ਦਾ ਧਿਆਨ ਰੱਖਿਆ ਕਰੋ, ਆਪਾਂ ਇਹਨੂੰ ਖੋਲ੍ਹ ਕੇ ਈਜ਼ੀ ਹੁੰਦਾ ਆਪਾਂ ਨੂੰ, ਈਜ਼ੀ ਖੋਲ੍ਹ ਕੇ ਆਪਾਂ ਇਹਨੂੰ ਕਲੀਨ ਕਰ ਸਕਦੇ ਹਾਂ, ਠੀਕ ਹੈ ਜੀ। ਇਹ ਜ਼ਰੂਰ ਕਰ ਦਿਆ ਕਰੋ ਕਲੀਨ, ਇਹਦੇ ਨਾਲ ਪਾਣੀ ਦਾ ਪ੍ਰੈਸ਼ਰ ਵੀ ਕਾਫੀ ਘੱਟ ਜਾਂਦਾ, ਠੀਕ ਹੈ ਜੀ। ਆਪਾਂ ਇਹਨੂੰ ਕਲੀਨ ਕਰਾਂਗੇ, ਦੇਖੋ ਜੀ ਪ੍ਰੈਸ਼ਰ ਦਾ ਪੂਰਾ ਫਰਕ ਪੈਂਦਾ, ਦੇਖੋ ਕਿੰਨਾ ਪ੍ਰੈਸ਼ਰ ਹੋ ਗਿਆ, ਇਹ ਕਾਫੀ ਕਚਰਾ ਆ ਗਿਆ ਸੀ, ਠੀਕ ਹੈ। ਹੁਣ ਆਪਾਂ ਚਲਾ ਕੇ ਦਿਖਾਵਾਂਗੇ ਇਹਨੂੰ ਲਗਾ ਕੇ, ਅਤੇ ਹੁਣ ਦੇਖਿਆ ਨਾ ਆਪਾਂ ਕਰ ਦਾਂਗੇ, ਈਜ਼ੀ ਹੈ ਇਹ, ਹੁਣ ਬਾਲਾਂ ਵੀ ਨਾ ਥੱਲੇ ਦੇ ਵਾਸ਼ ਵੀ ਹੁੰਦੀ ਹੈ, ਈਜ਼ੀ ਕਚਿਆ ਜਾਂਦਾ ਇਹ, ਕੋਈ ਚੱਕਰ ਵਾਲੀ ਗੱਲ ਨਹੀਂ, ਆਪਾਂ ਨੂੰ ਟੂਲ ਤੋਂ ਬਿਨਾਂ ਵੀ ਖੋਲ੍ਹ ਸਕਦੇ ਨਹੀਂ, ਇਹ 'ਤੇ ਸਕਰੈਚ ਪੈ ਜਾਂਦੇ, ਠੀਕ ਹੈ ਜੀ। ਆ ਦੇਖੋ ਈਜ਼ੀ ਕਚਿਆ ਜਾਊਗਾ ਇਹ, ਪ੍ਰੈਸ਼ਰ ਦਾ ਦੇਖੋ ਬਹੁਤ ਜ਼ਿਆਦਾ ਫਰਕ ਪੈਂਦਾ, ਓਕੇ। ਇਹਨੂੰ ਕਲੀਨ ਕਰਨ ਦੇ ਨਾਲ ਪ੍ਰੈਸ਼ਰ ਦਾ ਪੂਰਾ ਫਰਕ ਪੈ ਗਿਆ, ਠੀਕ ਹੈ ਜੀ, ਪੂਰਾ ਫਰਕ ਪੈ ਗਿਆ, ਨਾਲੇ ਪਾਣੀ ਬਹੁਤ ਵਧੀਆ ਹੋ ਗਿਆ, ਇਹਨੂੰ ਕਲੀਨ ਜ਼ਰੂਰ ਕਰਦਾ ਹੈਗਾ।